ਇਕੱਲੇ ਨੇ ਮੈਂ ਤੇਰੇ ਤੋਂ ਦੂਰ ਨਹੀਂ ਆਖੋ ਸਤਨਾਮ ਸ੍ਰੀ ਵਾਹ ਜਾ ਪੁਰਖਾ ਦੁਨੀਆ ਤੇ ਜਨਮ ਲੈ ਲਾ ਸਾਧ ਪਠਾਏ ਆਪ ਹਰ ਹਮ ਤੁਮ ਤੇ ਨਾਹੀ ਦੂਰ ਆਪ ਨਾਮ ਜਪੀ ਸੰਸਾਰ ਨੂੰ ਨਾਮ ਜਪਾਈ ਇਹ ਦਰਗਾਹ ਵਿੱਚੋਂ ਕਿਰਪਾ ਲੈ ਕੇ ਆਉਂਦੇ ਨੇ ਜਿਹੜੇ ਦਰਗਾਹੀ ਹੋਣ ਆ ਦੁਨੀਆਂ ਵਿੱਚ ਉਹਨਾਂ ਦੀਆਂ ਜੈ ਜੈਕਾਰਾਂ ਦਰਗਾਹ ਤੱਕ ਉਹਨਾਂ ਦੀਆਂ ਜੈ ਜੈਕਾਰਾਂ ਨੇ ਜਿਹੜੇ ਦਰਗਾਹੀ ਰੱਬ ਦੇ ਪਿਆਰੇ ਸ਼੍ਰੀਮਾਨ ਸੰਤ ਬਾਬਾ ਕੇਰਦਾਸ ਜੀ ਕੁੱਕਰਾਂ ਵਾਲੇ ਆਹ ਜਿਹੜਾ ਇਲਾਕਾ ਆਹ ਜਿਹੜਾ ਨਗਰ ਆਲਾ ਦੁਆਲਾ ਉਹਨਾਂ ਨੇ ਤਾਰਿਆ ਉਹਨਾਂ ਨੇ ਤੁਰ ਫਿਰ ਕੇ ਤਾਰਿਆ ਕਿਉਂਕਿ ਜਿਹੜੇ ਤੀਰਥ ਨੇ ਦੋ ਤਰ੍ਹਾਂ ਦੇ ਮੰਨੇ ਨੇ ਵਿਦਵਾਨਾਂ ਨੇ ਇੱਕ ਜੜ ਤੀਰਥ ਨੇ ਕੋਈ ਜਾ ਕੇ ਇਸ਼ਨਾਨ ਕਰੇ ਉਹਦਾ ਭਲਾ ਹੋ ਜਾਂਦਾ ਹੁਣ ਹਿੰਦੂ ਭਰਾ ਨੇ ਉਹਨਾਂ ਦੇ ਤੀਰਥ ਬਣੇ ਨੇ ਕੋਈ ਕਿਤੇ ਇਸ਼ਨਾਨ ਕਰਦਾ ਕੋਈ ਕਿਤੇ ਜਾਂਦਾ ਆਪਾਂ ਵੀ ਜਾਂਦੇ ਹਾਂ ਕੋਈ ਹੇਮਕੁੰਡ ਸਾਹਿਬ ਜਾਂਦਾ ਕੋਈ ਹਜ਼ੂਰ ਸਾਹਿਬ ਜਾਂਦਾ ਜਿਹੜਾ ਜਾਏਗਾ ਇਸ਼ਨਾਨ ਕਰੇਗਾ ਉਹਨੂੰ ਫਲ ਮਿਲ ਜਾਣਾ ਜਿਹੜਾ ਯਾਤਰਾ ਕਰੇਗਾ ਉਹਨੂੰ ਫਲ ਮਿਲ ਜਾਣਾ ਭਾਈ ਜਿਹੜਾ ਨਹੀਂ ਜਾਏਗਾ ਉਹ ਖਾਲੀ ਰਹਿੰਦਾ ਆਖੋ ਸਤਨਾਮ ਸ੍ਰੀ ਵਾਹ ਇੱਕ ਜੜ ਤੀਰਥ ਨੇ ਆਪਣੀ ਥਾਂ ਤੇ ਨੇ ਉੱਦਮ ਕਰਕੇ ਜਾਏਗਾ ਇਸ਼ਨਾਨ ਕਰੇਗਾ ਫਲ ਪਾਏਗਾ ਪਰ ਇੱਕ ਸਾਧੂ ਰੱਬ ਦੇ ਪਿਆਰੇ ਜੰਗਮ ਤੀਰਥ ਨੇ ਤੂੰ ਭਾਵੇਂ ਚੱਲ ਕੇ ਨਾ ਜਾਈ ਉਹ ਸਾਧੂ ਚੱਲ ਕੇ ਤੇਰੇ ਕੋਲ ਆ ਜਾਂਦੇ ਨੇ ਆਖੋ ਸਤਨਾਮ ਸ੍ਰੀ ਵਾਹ ਲੰਘਦੇ ਲੰਘਦੇ ਗਨਕਾ ਵਰਗੀ ਪਾਪਣ ਦਾ ਭਲਾ ਕੀਤਾ ਗਨਕਾ ਪਾਪਣ ਹੋਏ ਕਿ ਭਾਈ ਗੁਰਦਾਸ ਜੀ ਕਥਨ ਕਰਦੇ ਨੇ ਪਾਪਾਂ ਦਾ ਗਲ ਹਾਰ ਪਰੋਤਾ ਆਪਾਂ ਗਲ ਵਿੱਚ ਹਾਰ ਪਾਉਂਦੇ ਹਾਂ ਫੁੱਲਾਂ ਦਾ ਪਰੋਇਆ ਹੁੰਦਾ ਇੱਕ ਫੁੱਲ ਨਹੀਂ ਬਹੁਤੇ ਫੁੱਲ ਹੁੰਦੇ ਨੇ ਜਿਹੜੀ ਗਨਕਾ ਸੀ ਇੰਨਾ ਜੀਵਨ ਪਾਪੀ ਸੀ ਜਿਵੇਂ ਫੁੱਲਾਂ ਦਾ ਹਾਰ ਪਰੋਇਆ ਹੁੰਦਾ ਗਨਕਾ ਪਾਪਣ ਹੋਏ ਪਾਪਾਂ ਦਾ ਗਲ ਹਾਰ ਪਰੋਤਾ ਮਹਾਂਪੁਰਸ਼ ਅਚਾਨ ਚੱਕ ਗਨਕਾ ਵਾੜੇ ਆਏ ਖਲੋਤਾ ਉਹ ਕਹਿੰਦੇ ਮੀਂਹ ਪੈਂਦਾ ਸੀ ਬਾਰਿਸ਼ ਪੈਂਦੀ ਸੀ ਸਾਧੂ ਰੱਬ ਦਾ ਪਿਆਰਾ ਹੱਥ ਵਿੱਚ ਪਿੰਜਰਾ ਫੜਿਆ ਹੋਇਆ ਪਿੰਜਰੇ ਵਿੱਚ ਤੋਤਾ ਪਾਇਆ ਹੋਇਆ ਮੀਂਹ ਪੈਂਦਾ ਕਹਿੰਦੇ ਟੋਲੀ ਬੈਠੀ ਆ ਨੌਜਵਾਨਾਂ ਦੀ ਭਾਈ ਰਾਤ ਕੱਟਣੀ ਆ ਜਗ੍ਹਾ ਮਿਲੇਗੀ ਧਰਮਸ਼ਾਲਾ ਹੈ ਕੋਈ ਇਸ਼ਾਰੇ ਨਾਲ ਕਹਿੰਦੇ ਨੇ ਚਲਾਕੀ ਨਾਲ ਕਹਿੰਦੇ ਬਾਬਾ ਉਹ ਸਾਹਮਣੇ ਚਵਾਰਾ ਉੱਥੇ ਚੱਲਿਆ ਜਾ ਆਖੋ ਸਤਨਾਮ ਸ੍ਰੀ ਵਾਹ ਅੱਛਾ ਭਾਈ ਉਹ ਸਾਧੂ ਰੱਬ ਦਾ ਪਿਆਰਾ ਗਿਆ ਜਾ ਕੇ ਗਨਕਾ ਦਾ ਬੂਹਾ ਖੜਕਾਇਆ ਇਹਦਾ ਜਿਹੜਾ ਜੀਵਨ ਸੀ ਉਹ ਵਿਕਾਰਾਂ ਨਾਲ ਭਰਿਆ ਹੋਇਆ ਸੀ ਪਾਪਾਂ ਨਾਲ ਭਰਿਆ ਹੋਇਆ ਸੀ ਜਦੋਂ ਜਾ ਕੇ ਬੂਹਾ ਖੜਕਾਇਆ ਗਨਕਾ ਪਾਪਣ ਨੇ ਬੂਹਾ ਖੋਲਿਆ ਕੀ ਗਿਆ ਕਹਿੰਦੇ ਧੀਏ ਪੁੱਤਰੀਏ ਭਾਈ ਬਾਰਿਸ਼ ਪੈਂਦੀ ਆ ਰਾਤ ਪੈ ਗਈ ਲੰਮਾ ਪਿੰਡ ਆ ਸਾਡਾ ਅੱਗੇ ਜਾਣਾ ਸੀ ਰਾਤ ਪੈ ਗਈ ਧੀਏ ਰਾਤ ਕੱਟਣੀ ਆ ਇਹ ਵੇਖਿਓ ਜਦੋਂ ਕਰਮ ਜਾਗੇ ਨਾ ਕਰਮ ਫਿਰ ਬਹਾਨਾ ਬਣ ਜਾਂਦਾ ਆਖੋ ਸਤਨਾਮ ਸ੍ਰੀ ਵਾਹ ਗਨਕਾ ਪਾਪਣ ਨੇ ਕਹਿੰਦੇ ਸਿਰ ਨਹੀਂ ਸੀ ਢਕਿਆ ਹੋਇਆ ਸਿਰ ਤੇ ਚੁੰਨੀ ਨਹੀਂ ਸੀ ਲਈ ਹੋਈ ਜਦੋਂ ਧੀਏ ਬੋਲ ਸੁਣਿਆ ਨਾ ਧੀਏ ਪੁੱਤਰੀਏ ਸ਼ਬਦ ਸੁਣਿਆ ਇੱਕਦਮ ਚੁੰਨੀ ਸਿਰ ਤੇ ਲਈ ਮੱਥਾ ਟੇਕਿਆ ਪੈਰੀ ਹੱਥ ਲਾਇਆ ਤੇ ਨਾਲੇ ਵੇਖਦੀ ਆ ਵੀ ਆਹ ਕੀ ਬਣ ਗਿਆ ਇੱਥੇ ਜਿਹੜਾ ਆਉਂਦਾ ਬੂਹਾ ਖੜਕਾਉਂਦਾ ਇੱਥੇ ਦੋ ਨੰਬਰ ਦੇ ਹੀ ਬੰਦੇ ਆਉਂਦੇ ਨੇ ਆਹ ਧੀਏ ਕਹਿਣ ਵਾਲਾ ਪਹਿਲੀ ਵਾਰ ਆਇਆ ਆਖੋ ਸਤਨਾਮ ਸ੍ਰੀ ਵਾਹ ਪੁੱਤਰੀਏ ਕਹਿ ਕੇ ਬੁਲਾਉਣ ਵਾਲਾ ਪਹਿਲੀ ਵਾਰੀ ਆਇਆ ਕਹਿੰਦੇ ਸਿਰ ਢੱਕਿਆ ਇਹ ਵੀ ਕਹਿੰਦੇ ਆ ਜਿਹੜਾ ਸਿਰ ਢੱਕਣਾ ਹੁੰਦਾ ਨਾ ਸਿਰ ਢੱਕ ਲੈਣਾ ਇਹ ਮਾਲਕ ਦੀ ਕਿਰਪਾ ਦਾ ਛਤਰ ਆ ਆਖੋ ਸਤਨਾਮ ਇਹ ਵੀ ਨੋਟ ਕਰਿਓ ਮੈਂ ਬੜੀ ਵਾਰੀ ਵੇਖਦਾ ਹੁੰਦਾ ਕਈ ਬੀਬੀਆਂ ਦੇ ਗਾਤਰਾ ਪਾਇਆ ਹੁੰਦਾ ਕਿਰਪਾਨ ਪਾਈ ਹੁੰਦੀ ਆ ਪਰ ਸਿਰ ਨੰਗਾ ਹੀ ਨਹੀਂ ਫਿਰਦੀਆਂ ਹੁੰਦੀਆਂ ਭਾਵੇਂ ਮੋਟਰਸਾਈਕਲ ਤੇ ਜਾਣਾ ਆ ਜਿਹੜਾ ਕੰਘਾ ਹੁੰਦਾ ਉਹ ਵੀ ਕਿਰਪਾਨ ਨਾਲ ਬੰਨਿਆ ਹੁੰਦਾ ਪਤਾ ਲੱਗ ਜਾਂਦਾ ਵੀ ਅੰਮ੍ਰਿਤ ਛਕਿਆ ਤੇ ਸਿਰ ਨੰਗਾ ਹੀ ਆ ਭਾਈ